ਡਾਕਟਰ ਸਾਹਿਬ ਮੇਰੇ ਬੇਲੀ ਨੂੰ ਚੈੱਕ ਕਰੋ, ਗੱਲ ਵੀ ਨਹੀਂ ਪਿਆ ਕਰਦਾ, ਪਤਾ ਨਹੀਂ ਕੀ ਹੋ ਗਿਆ ਸੂ। ਇਸ ਨੋ ਮੋਰ ਨਾ, ਮਰ ਗਿਆ ਜੇ ਹੈ, ਮੈਂ ਤੇ ਜ਼ਿੰਦਾ ਵਾਂ। ਉਹ ਤੂੰ ਚੁੱਪ ਕਰ, ਤੂੰ ਡਾਕਟਰ ਨਾਲੋਂ ਬਹੁਤਾ ਸਿਆਣਾ। ਚੋਰ ਚੋਰ ਚੋਰ, ਮੇਰਾ ਸਮਾਨ ਲੈ ਗਿਆ, ਮੇਰੀ ਮਦਦ ਕਰੋ। ਮੈਂ ਇੱਕ ਫੌਜੀ ਥਾ ਔਰ ਜੰਗ ਮੈਂ ਜ਼ਖਮੀ ਹੋਣੇ ਕੀ ਵਜ੍ਹਾ ਸੇ ਮੈਂ ਨੌਕਰੀ ਸੇ ਨਿਕਲ ਗਿਆ ਔਰ ਮਜ਼ਦੂਰੀ ਕੀ ਵਜ੍ਹਾ ਸੇ ਮੁਝੇ ਕੋਈ ਕਾਮ ਨਹੀਂ ਦੇਤਾ, ਮੁਝੇ ਪੈਸੋਂ ਕੀ ਸਖ਼ਤ ਜ਼ਰੂਰਤ ਹੈ, ਮੇਰੀ ਮਦਦ ਕਰੋ। ਯੇ ਆਪਕਾ ਸਾਮਾਨ, ਖੁਸ਼ ਰਹੋ ਬੇਟਾ, ਮੌਲਾ ਸਲਾਮਤ ਰੱਖੇ। ਯਾ ਰੱਬ ਅਲਾਮੀਨ, ਅੱਲਾਹੁ ਅੱਲਾਹ। ਟੁਰ ਗਏ ਯਾਰ ਦਿਲਾਂ ਦੇ ਚੁੱਕ ਮੁਹਾਰਾ, ਉਜੜੀ ਬਸਤੀ ਯਾਰੋ ਨਜ਼ਰੀ ਆਵੇ, ਉਹ ਕੰਡ ਕੀਤੀ ਜਦ ਯਾਰਾ। ਭਜਨ ਫਤਿਹ ਪੜ੍ਹ ਰਹੇ ਹੋ ਤੇ ਹੋਰ ਕਬਰਾਂ ਦਾ ਕਿਰਾਇਆ ਲੈ ਰਹੇ ਹਾਂ। ਕੀ ਬਣੀ ਜਨਾਜ਼ੇ ਚ? ਕੁੱਟ ਪੈ ਗਈ। ਕਿਉਂ? ਉਹ ਇੱਕ ਬੰਦਾ ਕਹਿੰਦਾ ਮਈਤ ਨੂੰ ਬੜਾ ਰੂਪ ਚੜਿਆ। ਮੈਂ ਕਿਹਾ ਨਾਲ ਤਿੱਲੇ ਵਾਲੀ ਖੇੜੀ ਹੁੰਦੀ ਨਾ। ਮੈਂ ਡਾਕਟਰ ਸਾਹਿਬ ਦੇ ਕਲੀਨਿਕ ਤੇ ਖੜਾ, ਆ ਗਏ ਡਾਕਟਰ ਸਾਹਿਬ। ਮੈਂ ਜਦੋਂ ਸਵੇਰ ਉੱਠਦਾ ਮੈਨੂੰ ਇੱਥੇ ਬੜੀ ਪੀੜ ਹੁੰਦੀ ਹੈ। ਬੇਟੇ ਤੂੰ ਦੁਪਹਿਰ ਹੀ ਉੱਠਿਆ ਕਰ। ਸ਼ਾਕਾ ਕਾ ਬਸ ਚਲੇ ਤੋ ਹਰ ਮੰਡਪ ਚਲਾ ਦੇ, ਯਹਾਂ ਕੇ 40 ਗਾਓ ਮੇ ਕਿਸੀ ਕੀ ਸ਼ਾਦੀ ਨਾ ਹੋ। ਇਹਦੀ ਵਜ੍ਹਾ ਕੀ ਹੈ? ਸ਼ਾਕੇ ਨੇ ਵਿਆਹ ਤੇ ਕੋਈ ਨਹੀਂ ਸੱਦਾ। ਹੈਲੋ ਵੀਰੇ, ਮੂੰਹ ਲਮਕਾਈ ਖੈਰ ਯਾਰ, ਮੈਂ ਇੱਕ ਫੋਟਕੀ ਤੇ ਗਿਆ, ਉੱਥੇ 15 ਮਿੰਟ ਬੈਠ ਰਿਹਾ, ਮੈਨੂੰ ਕਿਸੇ ਹੱਸ ਕੇ ਨਹੀਂ ਬੁਲਾਇਆ। ਬਾਬਾ ਤੇਰਾ ਕਜ਼ਨ ਕਿਧਰ? ਮੀਦੂ ਜਿਹੜਾ ਦੁਬਈ ਜਾ ਰਿਹਾ ਸੀ ਉਹ ਜਹਾਜ਼ 'ਚ ਮਰ ਗਿਆ। ਉਹ ਕਿਵੇਂ? ਉਹ ਜਹਾਜ਼ 'ਚ ਟੋਇਲਟ ਲੱਭਣ ਗਿਆ ਤੇ ਗਲਤੀ ਨਾਲ ਜਹਾਜ਼ ਦਾ ਬੂਹਾ ਖੋਲ ਬੈਠਾ ਦੜਮ ਥੱਲੇ। ਉਹ ਕੀ ਬਣੇ ਬਾਬਾ? ਯਾਰ ਘਰੋਂ ਕੁੱਟ ਪੈ ਗਈ। ਉਹ ਕਿਵੇਂ? ਮੈਂ ਘਰ ਖੱਪ ਪਾਤੀ, ਮੈਨੂੰ ਫਲਜ ਹੋ ਗਿਆ, ਮੈਨੂੰ ਫਲਜ ਹੋ ਗਿਆ। ਉਹਨਾਂ ਜਦੋਂ ਲੈਟ ਬਾਲ ਕੇ ਵੇਖੀ ਤੇ ਮੈਂ ਦੋਨੋਂ ਲੱਤਾਂ ਇੱਕੋ ਪੌਂਚੇ 'ਚ ਫਸਾਈਆਂ। ਚੌਧਰੀ ਸਾਹਿਬ, ਮੇਰੇ ਡੇਰੇ ਤੋਂ ਮੱਝਾਂ ਚੁੱਕੀਆਂ ਗਈਆਂ, ਮੈਨੂੰ ਚੋਰ ਲੱਭ ਕੇ ਦਿਓ। ਬੇਟਾ ਉਹ ਤੇ ਤੈਨੂੰ ਮੈਂ ਲੱਭ ਦੇਣਾ, ਮਗਰ ਡੇਰੇ ਤੇ ਕੋ ਬੂਲੀ ਅਲਸੈਸ਼ਨ ਵੀ ਰੱਖ। ਚੌਧਰੀ ਸਾਹਿਬ, ਮੇਰੇ ਬੂਲੀ ਵੀ ਤੁਸੀਂ ਤੇ ਅਲਸੈਸ਼ਨ ਵੀ ਤੁਸੀਂ। ਤੈਨੂੰ ਪਤਾ ਹੈ ਮੈਂ ਅੱਜ ਕੱਲ ਯਤੀਮਾਂ ਦਾ ਖਰਚਾ ਚੁੱਕ ਰਿਹਾ। ਮਾਸ਼ਾਅੱਲਾ, ਬੜੀ ਅੱਛੀ ਗੱਲ ਹੈ। ਕਿਸ ਤਰ੍ਹਾਂ? ਯਾਰ ਜਿਹੜਾ ਉਹਨਾਂ ਨੂੰ ਲੱਭਦਾ ਉਹ ਚੁੱਕ ਲੈਣਾ। ਅੱਜ ਕੀ ਸਾਰੀ ਰਿਪੋਰਟਿੰਗ ਤਿਆਰ ਹੈ ਨਾ ਵੀਰੇ? ਪ੍ਰੈਸ ਕਲੱਬ ਹੈ ਹੀ? ਜੀ ਬਿਲਕੁਲ ਹੈ। ਯਾਰ ਦੋ ਸੂਟ ਤੇ ਪ੍ਰੈਸ ਕਰਾ ਦੇ। ਇਹਦਾ ਇੱਕ ਭਰਾ ਕੁੱਬਾ, ਮੈਂ ਕਿਹਾ ਉਹ ਕਿੱਧਰ ਨਜ਼ਰ ਨਹੀਂ ਆਉਂਦਾ, ਕਹਿੰਦਾ ਉਹਦੇ ਤੇ ਟੀਵੀ ਰੱਖਿਆ ਸੀ। ਸ਼ਾਮ ਕੋ ਡਿਲੀਵਰੀ ਪਹੁੰਚ ਜਾਏਗੀ। ਉਸਤਾਦ ਆਪਣਾ ਏਸੀ ਵਾਪਸ ਲੈ, ਮੈਂ ਨਹੀਂ ਲੈਣਾ। ਵੀਰੇ ਖਰਾਬ ਹੋ ਗਿਆ? ਉਹ ਯਾਰ ਤੂੰ ਕਿਹਾ ਸੀ 1.5 ਟਨ ਦਾ, ਮੈਂ ਜਾ ਕੇ ਤੋਲਿਆ ਤੇ 20 ਕਿਲੋ ਦਾ ਨਿਕਲਿਆ। ਓਏ ਹੋਏ 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 ਹੋਏ, ਕੀ ਬਣੀ ਮੂੰਹ ਲਮਕਾਈ? ਉਹ ਮੈਂ ਬਸ਼ੀਰ ਦੇ ਮੁੰਡੇ ਦਾ ਪਤਾ ਕਰਨ ਗਿਆ, ਉਹ ਵਿਚਾਰਾ ਨਾ ਬੋਲ ਰਿਹਾ ਨਾ ਖਾ ਰਿਹਾ ਤੇ ਨਾ ਹੀ ਟੁਰ ਰਿਹਾ। ਕੀ ਬਣਿਆ ਉਹਨੂੰ? ਪਤਾ ਨੀ ਕੀ ਬਣਿਆ, ਅੱਜ ਤੇ ਜੰਮਿਆ। 2020 ਮੁੱਕਣ ਵਾਲਾ, ਕੋਈ ਫਿਕਰ ਕਰ ਤੇ ਮੁੱਕ ਜੇ, ਮੇਰੇ ਕੋਲ 1000 ਰੁਪਿਆ ਹੋਰ ਵੀ ਹੈ। ਵੀਰੇ ਕੀ ਬਣਾਈ? ਬੱਕਰੇ ਦੀ ਸਿਰੀ ਬਣਾਈ ਪੈਣ। ਯਾਰ ਜਿਹੜੇ ਫਸਤੀ ਟੀਕੇ ਹੁੰਦੇ ਨੇ ਲਵਾ ਲੈਣੇ ਚਾਹੀਦੇ ਨੇ, ਇਹਨਾਂ ਦਾ ਕੀ ਫਾਇਦਾ ਹੈ, ਡਾਕੂ ਡੂਕੂ ਨੀ ਪੈਂਦੇ। ਬਾਬਾ ਜੀ ਬੂਟ ਚੈੱਕ ਕਰੋ, ਲੰਡੇ ਚੋ ਲੈ, 2 ਸਾਲ ਕਿਤੇ ਵੀ ਨੀ ਜਾਂਦੇ। ਤੂੰ ਨਾ ਲੈਂਦਾ ਤੇ 2 ਸਾਲ ਉੱਥੋਂ ਵੀ ਕਿਤੇ ਨੀ ਸਮਝਾਉਂਦੇ।
ਬਾਬਾ ਜੀ ਨਵਾਂ ਕੰਮ ਲੱਭ ਰਿਹਾ। ਯਾਰ ਤੇਰਾ ਤੇ ਪੈਟਰੋਲ ਪੰਪ ਨਹੀਂ ਸੀ? ਉਹ ਨਹੀਂ ਚੱਲਿਆ ਯਾਰ। ਕਿਉਂ? ਉਹ ਮੈਂ ਦੂਜੀ ਮੰਜ਼ਿਲ ਤੇ ਪਾ ਬੈਠਾ। 7 ਨੰਬਰ ਬੈਠ ਕੇ ਜਾਓ, ਚਾਦਰ ਬਦਲੋ। ਆਏ ਡਾਕਟਰ ਸਾਹਿਬ, ਲੱਤ ਦੀ ਬੜੀ ਪੀੜ ਹੈ, ਇੱਥੇ ਲੰਮਾ ਪਿਆ, ਤੈਨੂੰ ਘੁੱਟ ਦੇਣਾ। ਉਹ ਅੱਜ ਕੱਲ ਗਾਹਕ ਨਹੀਂ ਆ ਰਹੇ। ਡਾਕਟਰ ਸਾਹਿਬ, ਮੇਰੇ ਸਾਹ ਦਾ ਬੜਾ ਮਸਲਾ ਆ ਰਿਹਾ। ਤੈਨੂੰ ਸਾਹ ਲਈ ਨਾਲ ਹੀ ਲੱਗੇਗੀ। ਚਲੋ ਮੈਂ ਜਾ ਕੇ ਫਿਰ ਪਲੰਬਰ ਅਰੇਂਜ ਕਰਦਾ। ਤੂੰ 7 ਰੁਪਏ ਦੇ ਪੈਪ ਲੈ ਜਾ।